ਬੀਤੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਅੰਮ੍ਰਿਤਸਰ ਪੁੱਜੇ ਅਤੇ ਉਹਨਾਂ ਨੇ ਆਪਣੇ ਵੱਲੋਂ ਬਣਾਈ ਗਈ ਪੰਥਕ ਅਕਾਲੀ ਲਹਿਰ ਦੀ ਸ਼ੁਰੂਆਤ ਮਜੀਠਾ ਰੋਡ ਸਥਿਤ ਗੁਰਦੁਆਰਾ ਕਲਗੀਧਰ ਵਿਖੇ ਸਮਾਗਮ ਕਰਕੇ ਕੀਤੀ ਅਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਹੁਣ ਸਮਾਂ ਹੈ ਕਿ SGPC ਇਲੈਕਸ਼ਨ ਦਾ ਅਤੇ ਹਰ ਸਿੱਖ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਮੈਂ ਅਪੀਲ ਕਰਦਾ ਹਾਂ ਕਿ ਹਰ ਸਿੱਖ SGPC ਦੇ ਇਲੈਕਸ਼ਨ ਦੇ ਵਿੱਚ ਵੋਟ ਜ਼ਰੂਰ ਪਾਵੇ। ਅੱਗੇ ਉਹਨਾਂ ਨੇ ਬੋਲਦੇ ਕਿਹਾ ਕਿ ਆਉਣ ਵਾਲੀ 7 ਨਵੰਬਰ ਨੂੰ ਉਹਨਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾਘਰ ਵਿਖੇ ਪ੍ਰਦਰਸ਼ਨ ਕੀਤਾ ਜਾਵੇਗਾ। ਅਗਰ SGPC ਦੇ ਟਾਸਕ ਫੋਰਸ ਵਿੱਚ ਹਿੰਮਤ ਹੈ ਤਾਂ ਉਹਨਾਂ ਨੂੰ ਰੋਕ ਕੇ ਦਿਖਾਵੇ। ਨਾਲ ਹੀ ਉਹਨਾਂ ਨੇ ਕਿਹਾ ਕਿ ਜੋ SGPC ਦੀ ਟਾਸਕ ਫੋਰਸ ਵੱਲੋਂ ਸਤਿਕਾਰ ਕਮੇਟੀ ਦੇ ਸਿੱਖ ਜਥੇਬੰਦੀਆਂ 'ਤੇ ਹਮਲਾ ਕੀਤਾ ਗਿਆ ਉਹ ਵੀ ਬਹੁਤ ਨਿੰਦਣਯੋਗ ਹੈ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਅੱਜ ਤੱਕ ਇਸ ਮਾਮਲੇ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਦਾ ਕੋਈ ਵੀ ਜਵਾਬ ਨਹੀਂ ਆਇਆ। ਪ੍ਰੈਸ ਨੋਟ ਦਿੱਤਾ, ਉਹ ਪ੍ਰੈਸ ਨੋਟ ਜਿਹੜਾ ਉਹ ਲੌਂਗੋਵਾਲ ਨੂੰ ਅਤੇ ਉਹਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਮੈਂ ਟਾਈਮ ਦਿੱਤਾ 7 ਤਰੀਕ ਦਾ, ਮੈਂ 10 ਵਜੇ ਘੰਟਾ ਘਰ ਦੇ ਸਾਹਮਣੇ ਆਊਂਗਾ ਅਤੇ ਅਸੀਂ ਜਿਹੜਾ ਇੱਕ ਜਿਹੜਾ ਬੇਸ਼ਕੀਮਤ ਖਜ਼ਾਨਾ ਨਹੀਂ ਮਿਲ ਰਿਹਾ ਬਲੂ ਸਟਾਰ ਵਾਲਾ, ਅਤੇ ਕੋਰਟ ਤੁਹਾਨੂੰ ਪੁੱਛ ਰਹੀ ਆ ਕਿ ਇਹ ਖਜ਼ਾਨਾ ਕਿੱਥੇ ਗਿਆ, ਤੁਸੀਂ ਸਾਨੂੰ ਦੱਸੋ। ਸਰਕਾਰ ਹੋਮ ਮਿਨਿਸਟਰੀ ਅਤੇ ਡਿਫੈਂਸ ਮਿਨਿਸਟਰੀ ਕਹਿ ਚੁੱਕੇ ਹਾਂ ਅਸੀਂ ਦੇਤਾ ਅਤੇ ਸਾਈਨ ਦਿਖਾ ਰਹੀਆਂ ਨੇ ਜਿਨ੍ਹਾਂ ਨੇ ਰਿਸੀਵ ਕੀਤਾ, ਅਤੇ ਇਹ ਤੁਹਾਨੂੰ 2008 ਤੋਂ ਲੈ ਕੇ ਅੱਜ ਤੱਕ ਤੁਸੀਂ ਜਵਾਬ ਨਹੀਂ ਦੇ ਪਾ ਰਹੇ ਹਾਈ ਕੋਰਟ 'ਚ, ਅਤੇ ਉਹਦਾ ਸਾਨੂੰ ਸੰਗਤ ਨੂੰ ਜਵਾਬ ਚਾਹੀਦਾ। ਅਤੇ ਮੈਂ ਤੁਹਾਨੂੰ ਵਾਰ ਵਾਰ ਅਪੀਲਾਂ ਕਰ ਚੁੱਕਾ, ਤੁਸੀਂ ਦਿੱਤਾ ਨਹੀਂ, ਲੇਕਿਨ ਇਹ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਸੰਸਥਾ 'ਚ ਬੈਠੇ ਜੇ ਤੁਸੀਂ ਜਵਾਬ ਨਹੀਂ ਦੇ ਸਕਦੇ ਤਾਂ ਇਹ ਖਾਲੀ ਕਰਕੇ ਬਾਹਰ ਜਾਓ, ਬਾਦਲ ਦੇ ਚਰਨਾਂ 'ਚ ਜਾ ਕੇ ਬੈਠੋ। ਇਹ ਸਰਮਾਇਆ ਗਵਾਉਣ ਲਈ ਤੁਹਾਨੂੰ ਇੱਥੇ ਨਹੀਂ ਬਿਠਾਇਆ ਕਿਸੇ ਨੇ, ਅਤੇ ਇਹਦਾ ਜਵਾਬ ਲੈਣ ਲਈ ਮੈਂ 7 ਤਰੀਕ ਨੂੰ ਘੰਟਾ ਘਰ ਆਊਂਗਾ 11 ਵਜੇ, ਅਤੇ 3 ਵਜੇ ਤੱਕ ਤੁਹਾਡੀ ਦੋਵਾਂ ਦੀ ਵੇਟ ਕਰੂੰਗਾ ਬਸ਼ਰਮਾ ਦੀ, ਜੇ ਤੁਸੀਂ ਆ ਗਏ ਅਤੇ ਉੱਥੇ ਅਸੀਂ ਜੇ ਨਹੀਂ ਆਉਂਦੇ ਤਾਂ ਇਹਨਾਂ ਦੀ ਜਿਹੜੀ ਕਾਰਕਸਾਨੀ ਆ, ਜੋ ਇਹਨਾਂ ਨੇ ਕੌਮ ਨਾਲ ਧਰੋਹ ਕੀਤਾ ਉਹ ਮੈਂ ਪ੍ਰੈਸ ਦੇ ਸਾਹਮਣੇ ਨੰਗਾ ਕਰੂੰਗਾ। ਇਹਨਾਂ ਦੀ ਇਨਕੁਆਇਰੀ ਦੇ ਕੁਐਸਚਨ ਹੀ ਇਹਨਾਂ ਨੂੰ ਅਸੀਂ ਕਰਾਂਗੇ, ਬਾਹਰੋਂ ਨਹੀਂ ਲਿਆਵਾਂਗੇ। ਹਾਂਜੀ, ਇੱਕ ਤਾਂ ਹੋ ਗਿਆ ਇਹ, ਹਾਂਜੀ। ਦੂਸਰਾ, ਮੈਂ ਤਕਰੀਬਨ 3 ਸਾਲ ਤੋਂ ਪੰਥਕ ਅਕਾਲੀ ਲਹਿਰ ਜਿਹੜੀ ਜਥੇਬੰਦੀ, ਧਾਰਮਿਕ ਜਥੇਬੰਦੀ ਬਣਾ ਕੇ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਪਰਿਵਾਰ ਤੋਂ ਮੁਕਤ ਕਰਾਉਣ ਲਈ ਪਿੰਡ ਪਿੰਡ ਘੁੰਮ ਰਿਹਾ, ਅਤੇ ਤਕਰੀਬਨ ਮਾਲਵਾ ਸਾਰਾ, ਦੁਆਬੇ 'ਚ ਕਾਫੀ ਹਿੱਸਾ, ਗੁਰਦਾਸਪੁਰ, ਅਸੀਂ ਬਹੁਤ ਸਮਾਂ ਦਿੱਤਾ ਪਿੰਡਾਂ 'ਚ ਗਏ ਹਾਂ, ਲੇਕਿਨ ਇਹ ਮਾਝੇ 'ਤੇ ਪੈ ਨਹੀਂ ਸੀ ਆ ਪਾਇਆ। ਮਾਝੇ ਦੇ ਪਿੰਡਾਂ 'ਚੋਂ ਟੈਲੀਫੋਨ ਕਾਫੀ ਗਏ, ਮੈਨੂੰ ਬੁਲਾਉਂਦੇ ਆ ਮੀਟਿੰਗਾਂ 'ਤੇ ਬੁਲਾਉਂਦੇ, ਪਰ ਅਸੀਂ ਕਿਹਾ ਸੀ ਸਮਾਂ ਦੇਵਾਂਗੇ। ਅਤੇ ਇੱਥੇ ਹੁਣ ਜਿਹੜਾ ਇਹ ਖਾਸ ਕਰਕੇ ਦੋ ਗਰੁੱਪਾਂ ਨੇ, ਦੋ ਪਾਰਟੀਆਂ ਨੇ ਮਿਲ ਕੇ ਸਾਨੂੰ ਸਹਿਯੋਗ ਦਿੱਤਾ, ਜਗਜੋਤ ਸਿੰਘ ਜੀ, ਪ੍ਰਗਟ ਸਿੰਘ ਜੀ ਚੁਗਾਵਾਂ, ਸੁਖਜਿੰਦਰ ਸਿੰਘ ਜੀ ਪੰਨੂ, ਇਹਨਾਂ ਦੇ ਸਾਥੀ ਜਿਹੜੇ ਵੀ ਇਲੈਕਸ਼ਨ ਲੜ ਚੁੱਕੇ ਨੇ, ਲੋਕਾਂ ਦੇ ਸਾਹਮਣੇ ਜਾ ਚੁੱਕੇ ਨੇ, ਅਤੇ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੇ ਬੜਾ ਵੱਡਾ ਸਹਿਯੋਗ ਦਿੱਤਾ, ਅਤੇ ਮੈਂ ਮਹਿਸੂਸ ਕਰਦਾ ਕਿ ਇਹਨਾਂ ਦੇ ਸਹਿਯੋਗ ਦਾ ਸਦਕਾ ਅੱਜ ਅਸੀਂ ਮਾਝੇ 'ਚ ਮੁਕੰਮਲ ਹੋ ਗਏ ਹਾਂ। ਅਸੀਂ ਫਿਰ ਵੀ ਪਿੰਡੋ ਪਿੰਡ ਹੀ ਜਾਵਾਂਗੇ, ਮੈਨੂੰ ਸਾਧਨ ਮਿਲ ਗਏ, ਮੈਨੂੰ ਸਹਿਯੋਗ ਮਿਲ ਗਿਆ ਅਤੇ ਅਗਵਾਈ ਮਿਲ ਗਈ, ਅਤੇ ਮੈਂ ਅਸੀਂ ਪਿੰਡਾਂ 'ਚ ਮੇਰਾ ਜਾਣਾ ਸੌਖਾ ਹੋ ਗਿਆ, ਆਪਣੀ ਗੱਲ ਕਰਨੀ ਦੱਸਣੀ ਸੌਖੀ ਹੋ ਗਈ। ਪਿੰਡਾਂ 'ਚ ਅਸੀਂ ਜਿਹੜਾ ਵੋਟਾਂ ਬਣਾਉਣ ਲਈ ਪ੍ਰੇਰਣਾ ਦੇਣੀ ਆ ਲੋਕਾਂ ਨੂੰ ਜਾਂ ਜਾਣਕਾਰੀ ਦੇਣੀ ਆ, ਉਹਦੇ ਬਾਰੇ ਅਸੀਂ ਚੰਗੀ ਤਰ੍ਹਾਂ ਦੇ ਸਕਾਂਗੇ। ਅਤੇ ਮੈਂ ਧੰਨਵਾਦ ਕਰਦਾ ਇਨਸਾਫ ਪਾਰਟੀ ਦਾ ਅਤੇ ਖਹਿਰਾ ਸਾਹਿਬ ਜੀ ਦੀ ਪਾਰਟੀ ਦਾ, ਅਤੇ ਇਹਨਾਂ ਲੀਡਰਾਂ ਦਾ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਅਤੇ ਮੇਰੇ ਤੋਂ ਟਾਈਮ ਲੈ ਕੇ ਅਤੇ ਇੱਥੇ ਇਕੱਠ ਕੀਤਾ ਗੁਰੂ ਘਰ ਦੇ ਵਿੱਚ, ਅਤੇ ਇੱਕ ਪ੍ਰਬੰਧਕ ਕਮੇਟੀ ਜਿਹੜੀ ਗੁਰਦੁਆਰਾ ਸਾਹਿਬ ਦੀ, ਜਿਹਨਾਂ ਬਹੁਤ ਵੱਡਾ ਸਹਿਯੋਗ ਦਿੱਤਾ, ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ। ਹੋਰ ਤੁਹਾਡੇ ਕੋਈ ਕੁਐਸਚਨ ਹੋਏ ਤਾਂ ਪੁੱਛ ਲਓ। ਇੱਕ ਤੇ ਮਾਰਕਟਾਈ ਜਿਹੜੀ ਕੀਤੀ ਦੋ ਵਾਰੀ, ਤੇ ਉਹਦੇ ਬਾਅਦ ਇਹਨਾਂ ਨੇ ਹੋਰ ਵੱਡਾ ਜਿਹੜਾ ਗੁੰਡਾਗਰਦੀ ਦਾ ਸਬੂਤ ਦਿੱਤਾ, ਉਹ ਦਿੱਤਾ ਕਿ ਇੱਥੇ ਕੋਈ ਵੀ ਨਹੀਂ ਕਰ ਪਾਊਗਾ ਐਜੀਟੇਸ਼ਨ, ਇੱਥੇ ਕੋਈ ਕਿਸੇ ਨੂੰ ਆਗਿਆ ਨਹੀਂ ਦਿੱਤੀ ਜਾਊਗੀ, ਅਤੇ ਉਹਨੂੰ ਅਸੀਂ ਉਸ ਚੈਲੰਜ ਨੂੰ ਕਬੂਲ ਕਰਦੇ ਹਾਂ, ਅਸੀਂ 7 ਤਰੀਕ ਦੀ ਤਰੀਕ ਦਿੱਤੀ ਹੈ। ਉਹ ਬਾਦਲ ਦੀ ਸਤਾ ਲੈਣ ਲਈ ਲਾਏ ਜਾਂਦੇ ਨੇ, ਨਾ ਕਿ ਕੌਮ ਦੇ ਚੰਗੇ ਭਵਿੱਖ ਲਈ। ਉਹ ਜਦੋਂ ਬਾਦਲ ਨੇ ਸਤਾ ਲੈਣੀ ਹੁੰਦੀ ਉਦੋਂ ਮਰਜੀਵੜੇ ਬਣਾਉਂਦੇ ਅਕਾਲ ਤਖਤ ਤੋਂ, ਅਤੇ ਮਰਜੀਵੜੇ ਬਣਾ ਕੇ ਸਮਾਂ ਖੁਆਉਂਦੇ ਨੇ,
तो सवां खवा के जेलों च मरवाउंदे ने ते सड़कां ते गोलियां बनाउंदे जो सत्ता मिल जांदी आ ते उदों फिर राम रहीमा दी सेवा च लगदे ने। अटैक होया जी 24 तरीक नूं उस दिन प्रशासन भी उत्थे सी ते वड्डे अधिकारी उत्थे सी उहनां दी हाजिरी विच जिहड़ा हमलावर हो के जिहड़ा जथेबंदियां ते पत्रकारां ते हमला कीता गया निंदण योग आ ते इहनां प्रबंधक कमेटी दे संचालकां लई फटकार योग आ इह कदम जिहड़ा ये बहुत घिनौनी कार्रवाई है। तो मैं जड़ा सी एक्शन लेना 7 तरीक नूं उहदा इसे कड़ी दे विचों आ कि असी तू जे खून का प्यासा सिखां दे खून का प्यासा तो असी तैनू रजावांगे। ये वो पार्टियां नूं सवाल करो तुसीं मैं साडा जड़ा काम है वो असी ये जिहड़ी संगत तो वोट लैके इन्हां ने ताकत लई उस संगत नूं असीं एक वारी इन्हां दा चेहरा नंगा करना चाहुंदे उन्हां दे सामने ताकि वो कोई किसी नूं अफसोस ना रहि के इन्हां ने किसी लालच करके सानूं गुमराह करके सारा कुछ कीता है। सिख संतोखी आ सबर दे विच रहिंदा है ते खास करके साडी एक सीमा है जदों तक असीं सबर कर सकदे हां मार खा सकदे हां ते उह सीमा जिहड़ी उदों तक सानूं वेट करनी चाहीदी है। तो असी हुण ये जिहड़ा इन्हां ने चैलेंज किया तो इत्थे किसी नूं एजिटेशन नहीं कर दिता जाऊगा इत्थे किसी नूं धरना नहीं देण दिता जो उहनूं ही असी चैलेंज वो चैलेंज कबूल किया तो असी आवांगे तुसीं हुण रोको। जो सिख की बेदबी होंगी है दाड़े की केसां की पागड़ी उस वेले साडियां जथेबंदियां बड़ा जोर लाउंदियां ने उन्हां दे स्टेटां दे जिहड़े मुख्यमंत्री ने उन्हां नूं मंग पत्र दिंदियां ने पर 24 तरीक वाले दिन श्रोमणी कमेटी के दफ्तर के अगे सरेआम दस्तारां लाईआं गईआं दाड़े पुटे गए और बेअदबी की गई केसां की उहदे बारे तुसीं की कहना चाहो। देखो भावें बादल दा राज प्रबंधक कमेटी ते भावें सरकार ते आ इह जदों इहदा राज होवे ते उदों पुलिस अफसर नूं वी इह अधिकार हुंदा कि उह कहे वी लाओ इह सिख दी पग ते उह ला के कछे मार लैंदा टीवी दिखाउंदा साडी जे आबरू लत्थी आ जे साडी पग लत्थी आ ते बादल ने लवाई आ भावें कमेटी दे थ्रू भावें राज करके भावें सरकार दे थ्रू इह जिहड़ा प्रकाश सिंह बादल ते उहदा परिवार आ इहनां दे अंदर धार्मिक रूह है नहीं गी ये नगुरे लोग ने व्यापारी लोग ने बिजनेसमैन ने ते इन्हों का एको एक मकसद है गुरु घर नूं लुट के परिवार पालना कुड़मां नूं पालना ते सत्ता हासिल करनी गुरु घर दे इस खजाने दे उत्तर या ये पंथ की जिहड़ी गुरु घर नूं मनन वाली जिहड़ी संगत है उहदी एक पार्टी जिहड़ी आ उहनूं एक बेनीफिट आ कि पंथक पार्टी जिहड़ी उत्ते काबज हो के ते उहदा नजायज़ फायदा उठा के सरकार हासिल करनी ते ए नंगा चिट्टा है कि ए लंबे समय तो एक सीगा पंजाबी बोलदे इलाके ते चंडीगढ़ सानू मिले उह चंडीगढ़ आपे दे गया सारिआं नूं अपने अदारे अपनी सरकार दे हुंदिआं ही मोहाली च लाया शिफ्ट करके चंडीगढ़ उहनां नूं खाली करता पाणी ने आप वड्डी भाखड़ा नहर राहीं बन्ने उच्चे करके दे दिता 2016 तों तो ये साडा किते वी सका नहीं गा साडे जिहड़े कातल ने साडे सिखां दे गुरु डम नकली गुरु उहनां दा शरणदाता जिहड़े गुरु ग्रंथ साहिब नूं ललकार के पाड़दे ने उहनां दा शरणदाता जिन्हां ने बच्चों के खून दे नाल होली खेडी अजहार आलम वर्गे तो ये अपना समेत सैनी वर्गे वो ये जरनैल बनते हैं जिहड़ा अजहार आलम वो ये पार्टी का मीत प्रधान आ ते थोड़े दिन पहला बीबी जगीर कौर ने जिहड़ी मत मारी गई बीबी की उन्हें अजहार आलम की धर्मपत्नी नूं जनरल सैकटरी बनाया इस्तरी अकाली दल का तो ये सारा जो भी निजाम है तुहाडे सामने नंगा आ पर असी महसूस करते हैं कि तुहाडा जिहड़ा सोशल मीडिया आने के बावजूद भी साडे पिंडां च लोक जिहड़े ने हाली भी इहनूं चंगी तरह रीड नहीं कर पाए तो असी चाहवांगे कि साडी भावें जिंदगी लग जाए असी इस परिवार नूं इस पवित्र थां तों ये गुरु महाराज का हुक्म आ थान सट जग भ्रष्ट होए डूबता इव जग जदों धर्म स्थाना दे आगू भ्रष्ट हो जाण उदों दुनिया नूं डुबदिआं देर नहीं लगदी साडे गुरु साहब का हुक्म है तो ये जिहड़े आप डुबे पए आ उह सानूं नहीं तार सकदे ये व्यापारी लोग ने बिजनेसमैन लोग ने जिन्हां दे ना गुरु ग्रंथ साहब नाल संजीदगी आ जां कमिटमेंट आ ना अपने गुरु साहब दे घरां ते जायदादां नाल इहनां ने जिहड़ी लुट मचाई आ जिहड़े सीए इहनां दे इहनां दी आर्बिट बसां दे ने ते तनखाह लैंदे ने करोड़ रुपया साल दी गुरु घर चों गुरु घर दे मुलाजम ने उह लगे होए ने इहनां दे घरां च इहनां दे लीडरां च कोई लांगरी कोई सेवादार कोई गनमैन कोई ड्राइवर पर तनखाह लै रहे ने 400 दे करीब तनखाह लै रहे ने गुरु घर दे खजाने चों इत्थे सेवादार ने गुरु घर दे ते पट्ठे पाउंदे ने सुचे लंघा दियां मझां नूं जिहड़ा 500 छेकिया होया जिहड़ा व्यभिचारी है तो इत्थे साडा सारा कुछ गरकिया होया असी
जिहड़ा पिंड पिंड घूम के लोगों नूं दस के यही ताकत इकट्ठी कर रहे हैं, क्योंकि एक जिहड़ी वोट का सिस्टम आ इस इलैक्शन ने गुरु की सिलैक्शन नूं नकार दिता ते बर्बाद कर दिता। असी चाहुंदे आ कि इसे सिस्टम दी राहीं असी अपनी सिलैक्शन नूं वापस लियाईए। पग उतरी है कौम की, सिखां की, बादल की, रिश्तेदार की नहीं उतरी, इस करके उन्हें कोई चिंता नहीं। ये जो उत्थे बैठे ने यतीम जिन्हों का अगा पिछा कोई नहीं, जिन्हों जिन्हें जवाबदेही कोई नहीं, जिन्हों कोई शर्म नहीं हैगी कि असं एडे एडे वे अदार बैठे हाँ, भावें दिखावे सही कुछ करिए पर नहीं, वो असी इसे करके इन दोवां नूं ही सद्या उत्थे भी असी जवाब लैणा तुहाडे कोल। 7 तरीक दा जिहड़ा तुहाडा होएगा प्रोटेस्ट होएगा फिर रेगुलर ही चलेगा कि 7 तरीक नहीं, असी 7 तरीक जिहड़ी आ उदन ते देखिए इहनां नूं की करदे आ की जवाब दिंदे आ ते उस तों बाद असी इहनां दा पिछा नहीं छड्डांगे। असी इहनां दा पिछा नहीं छड्डांगे जिन्नी देर इहनां नूं कढ नहीं लैंदे ते सजावां नहीं दोंदे। साढ़े नाल अटैच संगत आ, असी संगत नूं अटैच कर रहे हैं, साडा अजे किसी भी पार्टी जिहड़ी आ असी अपनी जिहड़ी धार्मिक फील्ड है उस च किसी राजसी लीडर नूं एंट्री नहीं देनी। असी इहदे विच हरेक सिख की वोट लैनी आ जिहड़ा किसी भी पार्टी नाल संबंधित हो सकता है, तो असी जदों धार्मिक फील्ड दे विच विचरांगे तो एक निशान एक विधान लैके विचरांगे, उहदे विच सानूं संगत का सहयोग चाहिए, पार्टियां का ते राजसी लीडर का नहीं चाहिए। आवाजी कॉम टीवी लिए अमृतसर तो ललित शर्मा की रिपोर्ट।